गुड मॉर्निंग बेटा। बेटा असीं वार्तक लेख रीड कर चुके हाँ। बलराज साहब ने लिखा है मुड़ वेख्या पिंड। ये लेख वार्तक लेख किन्ने लिखे है? मुड़ वेख्या पिंड बलराज साहब ने। ठीक है, ये उन्हें अपने पाकिस्तानी सफरनामा दे विचों लिया है। इस वार्तक दे लेख दे विच उन्हें अपनिया यादा नूं, ठीक है, जिथे उहदा बचपन बीतिया, जिस पिंड दे विच भेरा पिंड दे विच जिस पिंड दे विच उहदा बचपन बीतिया उस पिंड नूं वेखण लई दुबारा जाना चाहुंदा है। ये पिंड कित्थे है? ये पिंड कित्थे सी? पाकिस्तान दे विच। देखो कि बचपन का कहड़ा पिंड सी, जिहदा बचपन बीतिया भेरा पिंड, ते ये पिंड कित्थे है? पाकिस्तान दे विच। उह अपने कुछ दोस्तां मित्रां नूं लै के, बेटा तीन दोस्त सी उहदे, उहनां नूं लै के उह अपना पिंड देखण लई जांदा है। सब तों पहलां उह थाणे दे विच रिपोर्ट लिखाउंदा है, उहनूं 3 घंटे की परमिशन मिलदी है, ते बस भी सवार होके अपने दोस्तों नाल बचपन दी यादां नूं ताजा करदा है। उहदे दोस्त भी बेटा हैरान हुंदे हन कि उहनूं सारा कुछ किस तरह याद है बचपन दा। ते बेटा उहदे बस दे विच गुड्डी बैठी हुंदी है, गुड्डी नूं देख के ऐसा लगदा है कि उहदी जिवें माँ ही होवे, क्योंकि उहदा हुलिया माँ दे वर्गा ही हुंदा है, उहने कपड़े भी उहदी माँ वर्गे ही पाए हुंदे हन। बेटा अपने दोस्तों नूं दस्सदा कि किस तरह उहदी ताई जी झेलम दरिया दे किनारे जिहड़ा कि जांदे सन, ਜੇਲਮ ਦਰਿਆ ਦੇ ਕੰਢੇ ਪਹੁੰਚਣ ਤੋਂ ਪਹਿਲਾਂ 3 ਪੜਾਵਾਂ ਨੂੰ ਪਾਰ ਕਰਨਾ ਪੈਂਦਾ ਸੀ। ਕਿਹੜੇ ਕਿਹੜੇ ਪੜਾਅ ਸਨ? ਚਿੜੀ ਚੋ, ਅਨੋਖਾ ਪੈਂਦਾ ਤੇ ਇੱਕ ਹੋਰ ਪੜਾਅ। 3 ਪੜਾਵਾਂ ਨੂੰ ਬੇਟਾ ਪਾਰ ਕਰਨਾ ਪੈਂਦਾ ਹੈ। ਚਿੜੀ ਚੋਕ ਬੇਟਾ ਉਹ ਸਥਾਨ ਹੈ ਜਿੱਥੇ ਸਭ ਤੋਂ ਭਾਰੀ ਮੇਲਾ ਲੱਗਦਾ ਹੈ, ਜਿੱਥੇ ਉਹ ਆਪਣੇ ਭੈਣ, ਉਹਦੀ ਭੈਣ, ਉਹਦੀ ਮਾਂ ਜਾਂਦੇ ਹੁੰਦੇ ਸਨ। ਇਸ ਤੋਂ ਇਲਾਵਾ ਬੇਟਾ ਉਹਨੇ ਇਸ ਲੇਖ ਦੇ ਵਿੱਚ ਦੱਸਿਆ ਹੈ ਕਿ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਸ ਤਰ੍ਹਾਂ ਉੱਥੇ ਖੇਡਦਾ ਸੀ, ਗਾਜਰਾਂ ਮੂਲੀਆਂ ਤੋੜ ਕੇ ਖਾਂਦਾ ਸੀ, ਭਾਵ ਕਿ ਬਹੁਤ ਜ਼ਿਆਦਾ ਖੁਸ਼ ਰਹਿੰਦਾ ਸੀ। ਪਰ ਵਣ ਤੋਂ ਬਾਹਰ ਉਹਨਾਂ ਨੂੰ ਹਿੰਦੁਸਤਾਨ ਆਉਣਾ ਪਿਆ, ਅਤੇ ਉਹਦੇ ਤਾਏ ਚਾਚੇ ਦੇ ਭਰਾ ਉੱਥੇ ਹੀ ਰਹਿ ਗਏ, ਅਤੇ ਉਹ ਪਾਕਿਸਤਾਨ ਰਹਿ ਗਏ, ਅਤੇ ਉਹ ਮੁਸਲਮਾਨ ਬਣ ਗਏ। ਫਿਰ ਬੇਟਾ ਉਸ ਘਰ ਦੇ ਵਿੱਚ ਜਾਂਦਾ ਹੈ ਜਿੱਥੇ ਉਹਦਾ ਜਨਮ ਹੋਇਆ ਹੁੰਦਾ ਹੈ। ਉਹ ਕਿਹਦਾ ਘਰ ਹੁੰਦਾ ਹੈ? ਚੌਧਰੀ ਗੁਲਾਮ ਮੁਹੰਮਦ ਦਾ। ਉਹ ਹੁੰਦਾ ਹੈ ਬੇਟਾ ਉਹਦਾ ਤਾਏ ਪੋਤਰੇ ਦਾ ਭਰਾ ਹੁੰਦਾ ਹੈ, ਅਤੇ ਉਹ ਲੇਖਕ ਦੀ ਉਮਰ ਦਾ ਹੀ ਹੁੰਦਾ ਹੈ। ਚੌਧਰੀ ਗੁਲਾਮ ਮੁਹੰਮਦ ਲੇਖਕ ਦੀ ਉਮਰ ਦਾ ਹੀ ਹੁੰਦਾ ਹੈ। ਉਹਦਾ ਪੁੱਤਰ ਅਨਵਰ ਹੁੰਦਾ ਹੈ। ਉਹਦੇ ਪੁੱਛਣ ਦੇ ਬਾਵਜੂਦ ਵੀ ਉਸ ਨੂੰ ਕੁਝ ਵੀ ਨਹੀਂ ਦੱਸਦਾ, ਕਿਉਂਕਿ ਬੇਟਾ ਜਿਹੜਾ ਮਕਾਨ ਉਹਨੇ ਨਵਾਂ ਨਵਾਂ ਬਣਾਇਆ ਹੁੰਦਾ ਹੈ ਉਹ ਲੇਖਕ ਦੇ ਘਰ ਦੀ ਜ਼ਮੀਨ ਨੂੰ ਨਾਲ ਰਲਾ ਕੇ ਹੀ ਬਣਾਇਆ ਹੁੰਦਾ ਹੈ, ਪਰ ਫਿਰ ਵੀ ਕੁਛ ਨਹੀਂ ਦੱਸਦਾ। ਕਿ ਬੇਟਾ ਜਦੋਂ ਅੱਗੇ ਜਾਂਦਾ ਹੈ ਉਹ ਘਰ ਦੇ ਬਾਹਰ ਦਾ ਟਿੱਬਾ ਦੇਖਦਾ, ਤੇ ਲੇਖਕ ਨੂੰ ਸ਼ੱਕ ਹੋ ਜਾਂਦਾ ਕਿ ਇਹ ਮਕਾਨ ਉਸਦਾ ਹੀ ਹੈ ਜਿੱਥੇ ਉਹਦਾ ਬਚਪਨ ਬੀਤਿਆ। ਫਿਰ ਬੇਟਾ ਜਦੋਂ ਪੌੜੀਆਂ ਚੜ੍ਹ ਕੇ ਉੱਪਰ ਜਾਂਦਾ ਹੈ ਤੇ ਆਪਣੀ ਰਸੋਈ ਨੂੰ ਦੇਖਦਾ ਹੈ, ਉਸ ਕਮਰੇ ਨੂੰ ਦੇਖਦਾ ਹੈ ਜਿੱਥੇ ਉਹਦੀ ਭੈਣ ਦੀ ਕੁੜਮਾਈ ਹੋਈ ਸੀ, ਮਰ ਚੁੱਕੀ ਭੈਣ ਦੀ, ਇਹ ਦੇਖ ਕੇ ਉਹ ਬਹੁਤ ਜ਼ਿਆਦਾ ਰੋਂਦਾ ਹੈ, ਕਿ ਉਹ ਸੋਚਦਾ ਹੈ ਕਿ ਉਹ ਬੇਗਾਨੇ ਮੁਲਕ ਦੇ ਵਿੱਚ ਬੇਗਾਨੇ ਲੋਕਾਂ ਦੇ ਸਾਹਮਣੇ ਕੀ ਕਰ ਰਿਹਾ ਹੈ। ਇਹ ਕਹਿ ਕੇ ਉਹ ਵਾਰਤਕ ਲੇਖ ਖਤਮ ਕਰਦਾ ਹੈ। ਕਲੀਅਰ ਬੇਟਾ? ਆਪਾਂ ਇੱਕ ਅੰਗੀ ਰੀਡ ਕਰ ਵਾਰਤਕ ਲੇਖ ਰੀਡ ਕਰ ਚੁੱਕੇ ਹਾਂ। ਹੁਣ ਅਸੀਂ ਇਹਦੇ ਬੈਕ ਐਕਸਰਸਾਈਜ਼ ਦੇ ਕੁਐਸਚਨਸ ਕਰਾਂਗੇ। 1 ਮਾਰਕਸ ਕੁਐਸਚਨ ਦੀ ਬੇਟਾ ਮੈਂ ਤੁਹਾਨੂੰ ਅਸਾਈਨਮੈਂਟ ਸੈਂਡ ਕਰ ਦਾਂਗੀ, ਤੁਸੀਂ ਉਹ 1-2 ਸ਼ਬਦਾਂ ਦੇ ਵਿੱਚ ਆਪਣੀ ਫੇਅਰ ਨੋਟ ਉੱਤੇ ਕਰਨੇ ਆ। ਹੁਣ ਬੇਟਾ ਅਸੀਂ ਵਾਰਤਕ ਲੇਖ ਦੀ ਜਿਹੜੇ ਬੈਕ ਐਕਸਰਸਾਈਜ਼ ਦੇ ਕੁਐਸਚਨਸ ਕਰਾਂਗੇ। ਫਸਟ ਹੈ, ਲੇਖਕ ਭੇਰੇ ਜਾਣ ਲਈ ਕਿਉਂ ਉਤਾਵਲਾ ਸੀ? ਕਿਉਂ ਭੇਰੇ ਜਾਣਾ ਚਾਹੁੰਦਾ ਸੀ? ਯੈਸ ਬੇਟਾ, ਰੇਜ਼ ਯੂਰ ਹੈਂਡ। ਕਿਉਂਕਿ ਬੇਟਾ ਭੇਰਾ ਉਹ ਸ਼ਹਿਰ ਸੀ ਜਿੱਥੇ ਉਹਦਾ ਜਨਮ ਹੋਇਆ ਸੀ, ਉਹ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਉਹਦੇ ਉੱਥੇ ਜਾਣਾ ਚਾਹੁੰਦਾ ਹੈ, ਕਿ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਸੀ, ਇਸ ਕਰਕੇ ਬੇਟਾ ਉਹ ਭੇਰੇ ਜਾਣਾ ਚਾਹੁੰਦਾ ਹੈ। ਯੈਸ ਬੇਟਾ, ਕੌਣ ਸੁਣਾਏਗਾ ਇਹ ਕੁਐਸਚਨ? ਫਸਟ, ਲੇਖਕ ਭੇਰੇ ਜਾਣ ਲਈ ਕਿਉਂ ਉਤਾਵਲਾ ਸੀ? ਕਿਉਂਕਿ ਭੇਰੇ ਦੇ ਨਾਲ ਬੇਟਾ ਉਹਦੀਆਂ ਕੁਝ ਯਾਦਾਂ ਜੁੜੀਆਂ ਹੋਈਆਂ ਸਨ, ਜਿੱਥੇ ਉਹਦਾ ਬਚਪਨ ਬੀਤਿਆ ਸੀ, ਜਿੱਥੇ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡਿਆ ਸੀ, ਆਪਣੀ ਭੈਣ ਦੇ ਨਾਲ ਖੇਡਿਆ ਸੀ, ਇਸ ਕਰਕੇ ਉਹ ਆਪਣੇ ਯਾਦਾਂ ਨੂੰ ਤਾਜ਼ਾ ਕਰਨ ਲਈ ਭੇਰੇ ਪਿੰਡ ਜਾਣਾ ਚਾਹੁੰਦਾ ਹੈ। ਯੈਸ ਧੈਰਨ ਬੇਟਾ, ਯੈਸ ਧੈਰਨ। ਯੈਸ ਮੈਮ, ਲੇਖਕ ਭੇਰੇ ਇਸ ਲਈ ਜਾਣ ਆਪਣੇ ਲੇਖਕ ਭੇਰੇ ਇਸ ਲਈ ਜਾਣ ਚਾਹੁੰਦਾ ਸੀ ਕਿਉਂਕਿ ਉਸੀ ਪਿੰਡ ਵਿੱਚ ਉਸਦਾ ਜਨਮ ਹੋਇਆ ਸੀ। ਉਹ ਭਲੇ ਹੀ ਪਾਕਿਸਤਾਨ ਵਿੱਚ ਹੋ, ਪਰ ਉਸ ਪਰ ਜਦੋਂ ਵੰਡ ਹੋਈ ਸੀ ਤਾਂ ਉਸਨੂੰ ਉੱਥੇ ਉਸ ਜਗ੍ਹਾ ਤੋਂ ਛੱਡਣਾ ਪਿਆ ਸੀ। ਉੱਥੇ ਹੀ ਉਹ ਖੇਲ ਕੂਦ ਕੇ ਵੱਡਾ ਹੋਇਆ ਸੀ। ਉੱਥੇ ਉਸਦੀ ਭੈਣ ਨਾਲ ਉਹ ਰਹਿੰਦਾ ਸੀ ਤੇ ਉਸਦੇ ਮਾਂ ਪਿਓ ਨਾਲ ਵੀ ਉਹ ਰਹਿੰਦਾ ਸੀ, ਤੇ ਉਸ ਜਗ੍ਹਾ ਤੋਂ ਉਸਦੀ ਕਈ ਯਾਦਾਂ ਜੁੜੀਆਂ ਸਨ।
ਇੰਨੇ ਸਾਲ ਬੀਤਣ ਤੋਂ ਬਾਅਦ ਵੀ ਉਸਨੂੰ ਇਸ ਜਗ੍ਹਾ ਦੇ ਕਈ ਘਰਾਂ ਦੇ ਮੁਹੱਲਿਆਂ ਦੀ ਜਾਣਕਾਰੀ ਸੀ। ਵੈਰੀ ਗੁੱਡ। ਨੈਕਸਟ ਹੈ ਬੱਸ ਅੱਡੇ ਦਾ ਪ੍ਰਬੰਧ ਤੇ ਥਾਣੇ ਦੇ ਇੰਸਪੈਕਟਰ ਦੇ ਵਿਚਾਰ ਲਿਖਣ ਨਾਲ ਕਿਵੇਂ ਪੇਸ਼ ਆਏ? ਕਿਉਂਕਿ ਬੇਟਾ ਦੇਖੋ ਜਦੋਂ ਨੇ ਬੱਸ ਕੰਡਕਟਰ ਨੂੰ ਰਿਕੁਐਸਟ ਕੀਤੀ ਕਿ ਬੱਸ ਤੁਸੀਂ ਪੌਣੇ ਘੰਟੇ ਲਈ ਨਾ ਰੋਕੋ, ਮੇਰਾ ਸਮਾਂ ਬਰਬਾਦ ਹੋ ਜਾਏਗਾ ਕਿਉਂਕਿ ਸਿਰਫ ਮੈਨੂੰ 3 ਘੰਟੇ ਦਾ ਹੀ ਟਾਈਮ ਮਿਲਿਆ ਹੈ ਜਿਹੜਾ ਕਿ ਪਾਕਿਸਤਾਨ ਆਪਣਾ ਪਿੰਡ ਦੇਖਣ ਦੇ ਲਈ। ਤਾਂ ਬੱਸ ਕੰਡਕਟਰ ਨੇ ਉਹਦੀ ਗੱਲ ਸੁਣ ਲਈ ਤੇ 15 ਮਿੰਟ ਵਿੱਚ ਹੀ ਬੱਸ ਲਾ ਦਿੱਤੀ। ਤੇ ਦੂਸਰਾ ਥਾਣੇ ਦਾ ਇੰਸਪੈਕਟਰ ਵੀ ਉਹਦੇ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਂਦੇ, ਕਿਉਂ? ਕਿਉਂਕਿ ਪਾਕਿਸਤਾਨ ਜਾਣ ਤੇ ਵਾਪਸ ਆਉਣ ਦੇ ਸਮੇਂ ਦੇ ਉਹ ਸਾਈਨ ਇੱਕੋ ਸਮੇਂ ਹੀ ਕਰ ਦਿੰਦਾ ਹੈ। ਇੱਕੋ ਸਮੇਂ ਕਰ ਦਿੰਦਾ ਹੈ, ਆਮਦ ਤੇ ਰੁਖਸਤ ਵਰਡ ਆਇਆ ਵਿੱਚ, ਆਮਦ ਮਤਲਬ ਪਹੁੰਚਣਾ, ਰੁਖਸਤ ਮਤਲਬ ਉੱਥੋਂ ਜਾਣਾ, ਤਾਂ ਕਿ ਲੇਖਕ ਨੂੰ ਬੇਟਾ ਕੋਈ ਪਰੇਸ਼ਾਨੀ ਨਾ ਹੋਵੇ। ਕਲੀਅਰ ਹੈ? ਯੈਸ ਬੇਟਾ, ਉਹ ਸੁਣਾਏਗਾ ਕੁਐਸਚਨ। ਬੱਸ ਅੱਡੇ ਦਾ ਪ੍ਰਬੰਧਕ ਤੇ ਲੇਖਕ, ਥਾਣੇ ਦਾ ਇੰਸਪੈਕਟਰ ਲੇਖਕ ਨਾਲ ਕਿਵੇਂ ਪੇਸ਼ ਆਉਂਦੇ ਹਨ? ਜਾਇਤੀ ਜਾਇਤੀ ਅਨਮਿਟ ਯੋਰਸੈਲ ਬੇਟਾ। ਯੈਸ ਮੈਮ। ਯੈਸ ਬੇਟਾ। ਬੱਸ ਅੱਡੇ ਦਾ ਪ੍ਰਬੰਧਕ ਅਤੇ ਥਾਣੇ ਦਾ ਇੰਸਪੈਕਟਰ ਲੇਖਕ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦੇ ਹਨ। ਜਦੋਂ ਬੱਸ ਅੱਡੇ ਦਾ ਪ੍ਰਬੰਧਕ ਕਹਿੰਦਾ ਹੈ ਕਿ ਬੱਸ ਅੱਧੇ ਪੌਣੇ ਘੰਟੇ ਲਈ ਰੁਕੇਗੀ, ਤਾਂ ਲੇਖਕ ਉਸਨੂੰ ਕਹਿੰਦਾ ਹੈ ਕਿ ਉਹ ਇੰਨੀ ਦੇਰ ਇੰਤਜ਼ਾਰ ਨਹੀਂ ਕਰ ਸਕਦਾ ਹੈ। ਤੇ ਪ੍ਰਬੰਧਕ ਨੇ ਉਸਦੀ ਗੱਲ ਮੰਨ ਕੇ 15 ਮਿੰਟ ਵਿੱਚ ਹੀ ਬੱਸ ਸ਼ੁਰੂ ਕਰ ਦਿੱਤੀ। ਅਤੇ ਥਾਣੇ ਦਾ ਇੰਸਪੈਕਟਰ ਉਸਦੀ ਅਧਖੜ ਉਮਰ ਦਾ ਹੀ ਸੀ, ਉਸਨੇ ਅਪੇਰੇ ਦੇ ਬਥੇਰੇ ਸਾਨੀਆਂ ਨੂੰ ਜਾਣਦਾ ਸੀ। ਉਹ ਵੀ ਉਸ ਨਾਲ ਬੜੇ ਪਿਆਰ ਨਾਲ ਪੇਸ਼ ਆਇਆ, ਸਗੋਂ ਪਾਸਪੋਰਟ ਉੱਤੇ ਆਮਦ ਤੇ ਰੁਕਮਤ ਦੋਵਾਂ ਦੇ ਅੰਦਰਾਜ਼ ਇੱਕੋ ਸਮੇਂ ਕਰ ਦਿੱਤੇ ਤਾਂ ਜੋ ਦੁਬਾਰਾ ਉਸਨੂੰ ਆਉਣ ਦੀ ਲੋੜ ਨਾ ਪਵੇ। ਵੈਰੀ ਗੁੱਡ ਬੇਟਾ, ਵੈਰੀ ਗੁੱਡ। ਯੈਸ ਯੈਸ ਜਸਲੀਨ ਬੇਟਾ, ਜਸਲੀਨ ਜਸਲੀਨ ਅਨਮਿਊਟ ਯੋਰਸੈਲਫ। Yes, ਬੱਸ ਅੱਡੇ ਦਾ ਪ੍ਰਬੰਧਕ ਅਤੇ ਥਾਣੇ ਦਾ ਇੰਸਪੈਕਟਰ ਲੇਖਕ ਨਾਲ ਬਹੁਤ ਵਧੀਆ ਢੰਗ ਨਾਲ ਪੇਸ਼ ਆਏ। ਉਹਨਾਂ ਨੇ ਲੇਖਕ ਨੂੰ ਆਪਣੇ ਵੱਲੋਂ ਦਿੱਤੀ ਜਾ ਸਕਣ ਵਾਲੀ ਹਰ ਸੰਭਵ ਮਦਦ ਕੀਤੀ। ਬੱਸ ਅੱਡੇ ਦੇ ਪ੍ਰਬੰਧਕ ਨੇ ਉਸਨੂੰ ਮਿੱਟੀ ਨਾਲ ਪਿਆਰ ਅਤੇ ਮੋਹ ਦੀ ਕਦਰਾਂ ਕਰਦਿਆਂ ਉਸ ਦੇ ਨਿਸ਼ਚਿਤ ਸਮੇਂ ਨੂੰ ਫਜ਼ੂਲ ਨਾ ਹੋਣ ਲਈ ਉਸ ਦੀ ਜਜ਼ਬਾਤਾਂ ਦੀ ਕਦਰ ਕੀਤੀ ਅਤੇ ਬੱਸ ਨੂੰ 15 ਮਿੰਟ ਹੀ ਚਲਾ ਦਿੱਤਾ ਜੋ ਕਿ ਪਹਿਲਾਂ। ਵੈਰੀ ਗੁੱਡ ਬੇਟਾ, ਵੈਰੀ ਗੁੱਡ। ਜੋ ਪਹਿਲਾਂ ਕਿ 1.5 ਘੰਟੇ ਲਈ ਰੁਕਣੀ ਸੀ। ਗੁੱਡ ਬੇਟਾ, ਵੈਰੀ ਗੁੱਡ। ਥਰਡ ਕੁਸ਼ਚਨ ਹੈ, ਪੇਰਾ ਸ਼ਹਿਰ ਵਿੱਚ ਹੁਕਰਾਨ ਬਰਾਦਰੀ ਵਾਲਿਆਂ ਦੇ ਕਿਹੜੇ ਕਿਹੜੇ ਮੁਹੱਲੇ ਸਨ? ਇਹ ਤਾਂ ਬੇਟਾ ਅਸੀਂ ਕਾਫੀ ਵਾਰੀ ਡਿਸਕਸ ਵੀ ਕਰ ਚੁੱਕੇ ਹਾਂ ਜਦੋਂ ਰੀਡਿੰਗ ਕਰ ਰਹੇ ਸੀ। ਯੈਸ ਬੇਟਾ, ਕਿਹੜੇ ਕਿਹੜੇ ਮੁਹੱਲੇ ਸੀ? 100 ਬੇਟਾ, 101 ਪੇਜ ਤੇ ਬੇਟਾ। ਯੈਸ, ਹੁਕਰਾਨ ਬਰਾਦਰੀ ਵਾਲਿਆਂ ਦੇ ਕਿਹੜੇ ਕਿਹੜੇ ਮੁਹੱਲੇ ਸਨ 100 ਪੇਜ ਤੇ? ਧੈਰਿਨ, ਯੈਸ ਬੇਟਾ,